ਪੁਲਿਸ ਕਾਂਸਟੇਬਲ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਹੈ। ਹਵਲਦਾਰ ਬੂਟਾ ਸਿੰਘ ਆਪਣੀ ਵਰਨਾ ਕਾਰ ਤੋਂ ਡਿਊਟੀ ਤੇ ਜਾ ਰਿਹਾ ਸੀ ਕਿ ਅਚਾਨਕ ਹੀ ਕਾਰ ਦੇ ਅੱਗੇ ਅਵਾਰਾ ਪਸ਼ੂ ਆ ਗਿਆ ਤੇ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਗੱਡੀ ਦਾ ਬੈਲੈਂਸ ਖਰਾਬ ਹੋ ਗਿਆ ਤੇ ਗੱਡੀ ਦਰਖਤ ਦੇ ਵਿੱਚ ਜਾ ਵੱਜੀ, ਜਿਸ ਕਾਰਨ ਕਾਂਸਟੇਬਲ ਬੂਟਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਹਾਦਸਾ ਮੋਗਾ ਦੇ ਬਾਗਾ ਪੁਰਾਣਾ ਦੇ ਪਿੰਡ ਠੱਠੀ ਭਾਈ ਚ ਹੋਇਆ। ਬੂਟਾ ਸਿੰਘ ਆਪਣੇ ਪਿੱਛੇ ਹੁਣ ਦੋ ਬੇਟੀਆਂ ਨੂੰ ਛੱਡ ਗਿਆ। ਇੱਕ ਬੂਟਾ ਸਿੰਘ ਸੀਗਾ ਮੁੰਡਾ, ਹੌਲਦਾਰ ਸਾਡਾ ਠੱਠੀ ਭਾਈ ਤੋਂ, ਇਹ SFT ਦੇ ਵਿੱਚ ਤੈਨਾਤ ਸੀ ਨਿਹਾਲ ਸਿੰਘ ਵਾਲੇ। ਸੁਬਹਾ ਡਿਊਟੀ 'ਤੇ ਜਾ ਰਹੇ ਸੀ ਵਿਚਾਰਾ 5 ਵਜੇ, ਅਚਾਨਕ ਅਵਾਰਾ ਪਸ਼ੂ ਅੱਗੇ ਆ ਗਿਆ, ਉਹਨੂੰ ਬਚਾਉਂਦੇ ਹੋਏ ਤੋਂ ਜਿਹੜੀ ਉਹਦੀ ਵਰਨਾ ਕਾਰ ਸੀਗੀ ਉਹ ਦਰਖਤ 'ਚ ਜਾ ਕੇ ਟਕਰਾ ਗਈ ਅਤੇ ਉਹਦੀ ਵਿਚਾਰੇ ਦੀ ਉੱਥੇ ਡੈਥ ਹੋ ਗਈ। ਵਿਆਹਿਆ ਹੋਇਆ ਸੀ, ਦੋ ਬੱਚੇ ਲੜਕੀਆਂ ਸੀ ਦੋ ਵਿਚਾਰੇ ਦੇ। ਕਿਵੇਂ ਐਕਸੀਡੈਂਟ ਕਿਵੇਂ ਹੋਇਆ? ਅਵਾਰਾ ਪਸ਼ੂ ਅਚਾਨਕ ਅੱਗੇ ਆਉਣ ਕਰਕੇ ਉਹਨੂੰ ਬਚਾਉਂਦਾ ਸੀਗਾ, ਉਹਨੂੰ ਬਚਾਉਂਦੇ ਹੋਏ ਦਰਖਤ ਨਾਲ ਜਾ ਕੇ ਗੱਡੀ ਟਕਰਾ ਗਈ। ਮੌਕੇ 'ਤੇ ਹੀ ਮੌਤ ਹੋ ਗਈ? ਮੌਕੇ 'ਤੇ ਹੀ ਹੋ ਗਈ ਤਕਰੀਬਨ। ਕੀ ਕਾਰਵਾਈ ਕੀਤੀ ਜਾ ਰਹੀ? 174 ਦੀ ਕਾਰਵਾਈ। ਪੁਲਿਸ ਕਾਂਸਟੇਬਲ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਹੈ। ਹਵਲਦਾਰ ਬੂਟਾ ਸਿੰਘ ਆਪਣੀ ਵਰਨਾ ਕਾਰ ਤੋਂ ਡਿਊਟੀ ਤੇ ਜਾ ਰਿਹਾ ਸੀ ਕਿ ਅਚਾਨਕ ਹੀ ਕਾਰ ਦੇ ਅੱਗੇ ਅਵਾਰਾ ਪਸ਼ੂ ਆ ਗਿਆ ਤੇ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਗੱਡੀ ਦਾ ਬੈਲੈਂਸ ਖਰਾਬ ਹੋ ਗਿਆ ਤੇ ਗੱਡੀ ਦਰਖਤ ਦੇ ਵਿੱਚ ਜਾ ਵੱਜੀ, ਜਿਸ ਕਾਰਨ ਕਾਂਸਟੇਬਲ ਬੂਟਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਮੋਗਾ ਦੇ ਬਾਗਾ ਪੁਰਾਣਾ ਦੇ ਪਿੰਡ ਠੱਠੀ ਭਾਈ 'ਚ ਹੋਇਆ। ਬੂਟਾ ਸਿੰਘ ਆਪਣੇ ਪਿੱਛੇ ਹੁਣ ਦੋ ਬੇਟੀਆਂ ਨੂੰ ਛੱਡ ਗਿਆ। ਇੱਕ ਬੂਟਾ ਸਿੰਘ ਸੀਗਾ ਮੁੰਡਾ, ਹੌਲਦਾਰ ਸਾਡਾ ਠੱਠੀ ਭਾਈ ਤੋਂ, ਇਹ SFT ਦੇ ਵਿੱਚ ਤੈਨਾਤ ਸੀ ਨਿਹਾਲ ਸਿੰਘ ਵਾਲੇ। ਸੁਬਹਾ ਡਿਊਟੀ 'ਤੇ ਜਾ ਰਹੇ ਸੀ ਵਿਚਾਰਾ 5 ਵਜੇ, ਅਚਾਨਕ ਅਵਾਰਾ ਪਸ਼ੂ ਅੱਗੇ ਆ ਗਿਆ, ਉਹਨੂੰ ਬਚਾਉਂਦੇ ਹੋਏ ਤੋਂ ਜਿਹੜੀ ਉਹਦੀ ਵਰਨਾ ਕਾਰ ਸੀਗੀ ਉਹ ਦਰਖਤ 'ਚ ਜਾ ਕੇ ਟਕਰਾ ਗਈ ਅਤੇ ਉਹਦੀ ਵਿਚਾਰੇ ਦੀ ਉੱਥੇ ਡੈਥ ਹੋ ਗਈ। ਵਿਆਹਿਆ ਹੋਇਆ ਸੀ, ਦੋ ਬੱਚੇ ਲੜਕੀਆਂ ਸੀ ਦੋ ਵਿਚਾਰੇ ਦੇ। ਕਿਵੇਂ ਐਕਸੀਡੈਂਟ ਕਿਵੇਂ ਹੋਇਆ? ਅਵਾਰਾ ਪਸ਼ੂ ਅਚਾਨਕ ਅੱਗੇ ਆਉਣ ਕਰਕੇ ਉਹਨੂੰ ਬਚਾਉਂਦਾ ਸੀਗਾ, ਉਹਨੂੰ ਬਚਾਉਂਦੇ ਹੋਏ ਦਰਖਤ ਨਾਲ ਜਾ ਕੇ ਗੱਡੀ ਟਕਰਾ ਗਈ। ਮੌਕੇ 'ਤੇ ਹੀ ਮੌਤ ਹੋ ਗਈ? ਮੌਕੇ 'ਤੇ ਹੀ ਹੋ ਗਈ ਤਕਰੀਬਨ। ਕੀ ਕਾਰਵਾਈ ਕੀਤੀ ਜਾ ਰਹੀ? 174 ਦੀ ਕਾਰਵਾਈ। ਪੁਲਿਸ ਕਾਂਸਟੇਬਲ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਹੈ। ਹਵਲਦਾਰ ਬੂਟਾ ਸਿੰਘ ਆਪਣੀ ਵਰਨਾ ਕਾਰ ਤੋਂ ਡਿਊਟੀ 'ਤੇ ਜਾ ਰਿਹਾ ਸੀ ਕਿ ਅਚਾਨਕ ਹੀ ਕਾਰ ਦੇ ਅੱਗੇ ਅਵਾਰਾ ਪਸ਼ੂ ਆ ਗਿਆ ਤੇ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਗੱਡੀ ਦਾ ਬੈਲੈਂਸ ਖਰਾਬ ਹੋ ਗਿਆ ਤੇ ਗੱਡੀ ਦਰਖਤ ਦੇ ਵਿੱਚ ਜਾ ਵੱਜੀ, ਜਿਸ ਕਾਰਨ ਕਾਂਸਟੇਬਲ ਬੂਟਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਮੋਗਾ ਦੇ ਬਾਗਾ ਪੁਰਾਣਾ ਦੇ ਪਿੰਡ ਠੱਠੀ ਭਾਈ 'ਚ ਹੋਇਆ। ਬੂਟਾ ਸਿੰਘ ਆਪਣੇ ਪਿੱਛੇ ਹੁਣ ਦੋ ਬੇਟੀਆਂ ਨੂੰ ਛੱਡ ਗਿਆ। ਇੱਕ ਬੂਟਾ ਸਿੰਘ ਸੀਗਾ ਮੁੰਡਾ, ਹੌਲਦਾਰ ਸਾਡਾ ਠੱਠੀ ਭਾਈ ਤੋਂ, ਇਹ SFT ਦੇ ਵਿੱਚ ਤੈਨਾਤ ਸੀ ਨਿਹਾਲ ਸਿੰਘ ਵਾਲੇ। ਸੁਬਹਾ ਡਿਊਟੀ 'ਤੇ ਜਾ ਰਹੇ ਸੀ ਵਿਚਾਰਾ 5 ਵਜੇ, ਅਚਾਨਕ ਅਵਾਰਾ ਪਸ਼ੂ ਅੱਗੇ ਆ ਗਿਆ, ਉਹਨੂੰ ਬਚਾਉਂਦੇ ਹੋਏ ਤੋਂ ਜਿਹੜੀ ਉਹਦੀ ਵਰਨਾ ਕਾਰ ਸੀਗੀ ਉਹ ਦਰਖਤ 'ਚ ਜਾ ਕੇ ਟਕਰਾ ਗਈ ਅਤੇ ਉਹਦੀ ਵਿਚਾਰੇ ਦੀ ਉੱਥੇ ਡੈਥ ਹੋ ਗਈ। ਵਿਆਹਿਆ ਹੋਇਆ ਸੀ, ਦੋ ਬੱਚੇ ਲੜਕੀਆਂ ਸੀ ਦੋ ਵਿਚਾਰੇ ਦੇ। ਕਿਵੇਂ ਐਕਸੀਡੈਂਟ ਕਿਵੇਂ ਹੋਇਆ? ਅਵਾਰਾ ਪਸ਼ੂ ਅਚਾਨਕ ਅੱਗੇ ਆਉਣ ਕਰਕੇ ਉਹਨੂੰ ਬਚਾਉਂਦਾ ਸੀਗਾ, ਉਹਨੂੰ ਬਚਾਉਂਦੇ ਹੋਏ ਦਰਖਤ ਨਾਲ ਜਾ ਕੇ ਗੱਡੀ ਟਕਰਾ ਗਈ। ਮੌਕੇ 'ਤੇ ਹੀ ਮੌਤ ਹੋ ਗਈ? ਮੌਕੇ 'ਤੇ ਹੀ ਹੋ ਗਈ ਤਕਰੀਬਨ। ਕੀ ਕਾਰਵਾਈ ਕੀਤੀ ਜਾ ਰਹੀ? 174 ਦੀ ਕਾਰਵਾਈ।